ਮਨ ਦੀ ਸਹਿਜ ਅਵਸਥਾ। ਮਸਤੂਆਣੇ ਵਿਖੇ ਸੰਤ ਭਾਈ ਤੇਜਾ ਸਿੰਘ ਜੀ 2 ਸਾਲ ਸੰਤ ਅਤਰ ਸਿੰਘ ਜੀ ਮਹਾਰਾਜ ਦੀ ਮਿਹਰ ਸਦਕਾ ਟਿਕੇ ਰਹੇ। ਸੰਤ ਅਤਰ ਸਿੰਘ ਜੀ ਜਦੋਂ ਬਾਹਰੋਂ ਆਉਂਦੇ ਤਾਂ ਕੋਈ ਨਾ ਕੋਈ ਮਨ ਨੂੰ ਵਸ ਕਰਨ ਦੀ ਯੁਕਤੀ ਅਤੇ ਸੇਵਾ ਦਾ ਨੁਕਤਾ ਸਮਝਾ ਜਾਂਦੇ। ਇੱਕ ਵਾਰੀ ਭਾਈ ਤੇਜਾ ਸਿੰਘ ਜੀ ਦਰਸ਼ਨ ਕਰਨ ਲਈ ਸੰਗਰੂਰ ਗਏ ਤਾਂ ਸੰਤ ਅਤਰ ਸਿੰਘ ਜੀ ਨੇ ਫਰਮਾਇਆ, ਭਾਈ ਸੱਪ ਨੂੰ ਡੱਬੀ ਵਿੱਚ ਪਾਣ ਵਾਂਗਣ ਮਨ ਨੂੰ ਘੁੱਟ ਘੁੱਟ ਕੇ ਵਸ ਕਰਨਾ ਠੀਕ ਨਹੀਂ। ਜੇਕਰ ਅਚਨਚੇਤ ਡੱਬੀ ਦਾ ਢੱਕਣ ਖੁੱਲ੍ਹ ਜਾਏ ਤਾਂ ਸੱਪ ਉੱਛਲ ਕੇ ਸਖ਼ਤ ਡੰਗ ਮਾਰਦਾ ਹੈ। ਇਵੇਂ ਹੀ ਮਨ ਹੈ, ਜੇ ਸਵਾਸ ਸਵਾਸ ਸਿਮਰਨ ਕਰੀਏ ਤਾਂ ਹੀ ਵਸ ਆਉਂਦਾ ਹੈ। ਇਹਨਾਂ ਬਚਨਾਂ ਮਗਰੋਂ ਭਾਈ ਤੇਜਾ ਸਿੰਘ ਜੀ ਨੇ ਪੂਰਾ ਯਤਨ ਕੀਤਾ ਕਿ ਤੁਰਦੇ ਫਿਰਦੇ, ਉੱਠਦੇ ਬਹਿੰਦੇ, ਸੇਵਾ ਕਰਦਿਆਂ ਕੋਈ ਦਮ ਵੀ ਬਿਰਥਾ ਨਾ ਜਾਵੇ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ।